लेकिन महाराज तो उच्ची सुची शख्सियत माला की दीन दुखिया की सेवा करना अपना फर्ज समझने वाले सिद्धार्थ मेवा सिंह धड़का अपनी संसारिक यात्रा पूरी करते हुए प्रभु चरणा आ पहुंचे। उन्होंने आत्मा शांति दे रखे श्री अखंड पाठ साहब जी के पाठ का भोग बीत नहीं पाया गया, जिस मौके कीर्तन वालों विराग में कीर्तन किया गया। इस मौके की नामी शख्सियत भी पहुंची जिन्होंने उन्होंने श्रद्धा के फूल भेंट किए। तू राम नाम जप सोई, तू परमेश्वर दे प्रभु दे नाम नु जप, इस जीवन दे विच मालक दी बंदगी कर, भले कर्म कर फरीदा, अमल जे कीते दुनी विच दरगा आए कम, चंगे अमल चंगे कम इस जीवन दे विच करके जा, ता के ए चंगे अमल कीते चंगे कर्म कीते दरगाह विच तेरे कम आउण। ए परमेश्वर दा जपिया नाम जह मात पिता सुत मीत ना पाई, मन उहा नाम तेरा संग सहाई। अगलिया पंक्तियों विच कबीर साहब फिर सानू समझाउंदे ने कि जिथे माता पिता भैन भरा सज्जन मित्र धन पदार्थ कोई भी मददगार नहीं, उथे केवल ते केवल परमेश्वर ने साडी मदद करनी है। आओ जरा प्यार दे नाल ये पंक्तियां कबीर साहब सानू सारे नू सावधान करदे हुए समझा रहे ने, आओ प्यार नाल जरा सरवण करिए। जो उपजे उसो बिनस है, पर आज कह काल
ਭਾਵੇਂ ਅੱਜ ਭਾਵੇਂ ਕੱਲ ਭਾਵੇਂ ਪਰਸੋਂ ਕਦੇ ਨਾ ਕਦੇ ਤਾਂ ਅਸੀਂ ਜਾਣਾ ਹੀ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਜਿਨ੍ਹਾਂ ਦੇ ਉੱਤੇ ਤੂੰ ਬੜਾ ਮਾਣ ਕਰਦਾ ਜਾਂ ਜਿਨ੍ਹਾਂ ਦੇ ਵਾਸਤੇ ਜਿਨ੍ਹਾਂ ਪਰਿਵਾਰ ਸੰਬੰਧੀਆਂ ਸੱਜਣਾ ਮਿੱਤਰਾਂ ਵਾਸਤੇ ਤੂੰ ਗੁਰੂ ਨੂੰ ਛੱਡ ਦਿੰਦਾ, ਤੂੰ ਗੁਰੂ ਨੂੰ ਭੁਲਾ ਦਿੰਦਾ, ਰੱਬ ਦੀ ਬੰਦਗੀ ਭੁਲਾ ਦਿੰਦਾ। ਸਾਹਿਬ ਕਹਿੰਦੇ ਦੱਸ ਫਿਰ ਇਹਨਾਂ ਦੇ ਵਿੱਚੋਂ ਤੇਰੀ ਮਦਦ ਕੌਣ ਕਰੇਗਾ? ਤੇਰੇ ਕੋਲ ਬੰਦਗੀ ਵਾਸਤੇ ਸਮਾਂ ਨਹੀਂ, ਤੇਰੇ ਕੋਲ ਨਿਤਨੇਮ ਵਿੱਚ ਬੈਠਣ ਵਾਸਤੇ ਸਮਾਂ ਨਹੀਂ। ਤੂੰ ਆਪਣਾ ਕਾਰੋਬਾਰ ਇਤਨਾ ਵਧਾਇਆ, ਜੇ ਤੈਨੂੰ ਆਖਿਆ ਵੀ ਜਾਏ ਕਿ ਰੱਬ ਦੀ ਗੱਲ ਕਰ, ਰੱਬ ਦੀ ਗੱਲ ਸੁਣ, ਪਹਿਲੀ ਗੱਲ ਅੱਜ ਦਾ ਮਨੁੱਖ ਰੱਬ ਤੋਂ ਇਨਕਾਰ ਹੀ ਕਰ ਦਿੰਦਾ, ਕੋਈ ਰੱਬ ਨਹੀਂ। ਦੂਸਰਾ ਜੇ ਰੱਬ ਨੂੰ ਮੰਨਦਾ ਵੀ ਹੋਵੇ ਤਾਂ ਕਹਿ ਦਿੰਦਾ ਸਮਾਂ ਹੀ ਨਹੀਂ, ਕਿਹੜੇ ਵੇਲੇ ਗੁਰਦੁਆਰੇ ਆਈਏ, ਕਿਹੜੇ ਵੇਲੇ ਨਿਤਨੇਮ ਕਰੀਏ, ਕਿਹੜੇ ਵੇਲੇ ਬਾਣੀ ਪੜ੍ਹੀਏ, ਕਿਹੜੇ ਵੇਲੇ ਸਤਸੰਗ ਕਰੀਏ। ਕਬੀਰ ਸਾਹਿਬ ਕਹਿੰਦੇ ਯਾਦ ਰੱਖ, ਪਰਮੇਸ਼ਰ ਤੋਂ ਬਿਨਾਂ, ਉਹਦੀ ਬੰਦਗੀ ਸਿਮਰਨ ਤੋਂ ਬਿਨਾਂ ਤੇਰੇ ਕੁਝ ਵੀ ਕੰਮ ਨਹੀਂ ਆਉਣਾ। ਜਿਨ੍ਹਾਂ ਦੇ ਲਈ ਤੂੰ ਪ੍ਰਭੂ ਨੂੰ ਭੁਲਾਉਣਾ ਹੈ, ਉਹ ਠੀਕ ਹੈ, ਤੇਰੇ ਪਿੱਛੇ ਕੁਰਲਾਉਂਦੇ ਨੇ, ਤੇਰੇ ਪਿੱਛੇ ਵਿਰਲਾਪ ਕਰਦੇ ਨੇ, ਪਰ ਤੇਰੀ ਮਦਦ ਨਹੀਂ ਕਰ ਸਕਦੇ। ਅਗਲੀਆਂ ਪੰਕਤੀਆਂ ਜਰਾ ਪਿਆਰ ਨਾਲ ਸਰਵਣ ਕਰੀਏ। ਬਹੁਤ ਵੱਡਾ ਜਿਹੜਾ ਰੋਲ ਅਦਾ ਕੀਤਾ ਔਰ ਪਰਿਵਾਰ ਨੂੰ ਇੱਕ ਮੈਂ ਕਹਿੰਦਾ ਬਹੁਤ ਹੀ ਵੱਡਾ ਨਵਜੋਤ ਸਿੰਘ ਦੇ ਜਾਣ ਦੇ ਘਾਟਾ ਪਿਆ। ਉੱਥੇ ਮੈਂ ਦੇਖ ਰਿਹਾ ਅੱਜ ਇਲਾਕੇ ਵੱਲੋਂ ਜਿੰਨੇ ਵੀ ਪੰਜ ਸਰਪੰਚ ਨੰਬਰਦਾਰ ਸਾਹਿਬਾਨ ਹੋਰ ਬਹੁਤ ਮਹਾਨ ਸ਼ਖਸੀਅਤਾਂ ਜਿਹੜੀਆਂ ਇੱਥੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ। ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਸਰਦਾਰ ਵੀਰਵਿੰਦਰ ਸਿੰਘ ਜੀ, ਸਾਬਕਾ ਡਿਪਟੀ ਸਪੀਕਰ, ਜਿਨ੍ਹਾਂ ਨੇ ਇਸ ਇਲਾਕੇ ਦੀ ਨੁਮਾਇੰਦਗੀ ਵੀ ਕੀਤੀ ਹੈ, ਉਹਨਾਂ ਨੇ ਜਾਣਾ। ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਵੀ ਆਉਣ ਸ਼ਰਧਾ ਦੇ ਫੁੱਲ ਭੇਟ ਕਰਨ। ਸਰ ਸਰਮੁਖ ਸਿੰਘ ਸੜਕ ਤੇ ਖਲੋਤੇ ਸਨ, ਮੈਂ ਇਹਨਾਂ ਨੂੰ ਵੇਖ ਕੇ ਗੱਡੀ ਰੋਕ ਲਈ, ਬੱਦੇ ਬੁਲਾਈ, ਮੈਨੂੰ ਕਹਿਣ ਲੱਗੇ ਲੰਗਰ ਛੱਕ ਕੇ ਜਾਓ। ਮੇਰੀ ਚੰਗੀ ਤਰ੍ਹਾਂ ਮੁਲਾਕਾਤ ਉਸ ਦਿਨ ਰਣਜੋਤ ਸਿੰਘ ਨਾਲ ਹੋਈ। ਇਹ ਇੱਕ ਬੱਚੇ ਨੇ ਗੱਜ ਕੇ ਮੈਨੂੰ ਫਤਿਹ ਬੁਲਾਈ, ਕੋਲ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛੋਟਾ ਬੱਚਾ ਸੀ, ਮੈਂ ਪੁੱਛਿਆ ਇਹ ਬੱਚਾ ਅਤੇ ਸਰ ਸਰੂਪ ਸਿੰਘ ਕਹਿਣ ਲੱਗੇ ਇਹ ਪੋਤਰ ਹੈ। ਮੈਨੂੰ ਪਿਆਰ ਦਿੱਤਾ, ਪੁੱਛਿਆ ਬੇਟਾ ਕਿਹੜੇ ਸਕੂਲ 'ਚ ਪੜ੍ਹਦੇ? ਕਹਿਣ ਲੱਗਿਆ YPS। ਅੰਦਰ ਦੁਕਾਨ ਬੈਠ ਕੇ ਅਸੀਂ ਕਾਫੀ ਦੇਰ ਗੱਲਾਂ ਕਰਦੇ ਰਹੇ। ਮੈਨੂੰ ਬੜੀ ਖੁਸ਼ੀ ਹੋਈ ਰਣਜੋਤ ਸਿੰਘ ਨੂੰ ਮਿਲ ਕੇ, ਬੜੀ ਅੱਛੀ ਪਰਸਨੈਲਿਟੀ ਦਾ ਉਹ ਮਾਲਕ ਸੀ। ਉਸ ਤੋਂ ਵੀ ਵੱਧ ਖੁਸ਼ੀ ਬੱਚੇ ਨੂੰ ਮਿਲ ਕੇ ਅਤੇ ਉਸ ਤੋਂ ਵੀ ਵੱਧ ਖੁਸ਼ੀ ਇਸ ਗੱਲ ਦੀ ਹੋਈ ਕਿ ਪਰਿਵਾਰ ਛੋਟੇ ਬੱਚੇ ਦੀ ਤਾਲੀਮ ਵਾਸਤੇ ਉਸਨੂੰ ਬਹੁਤ ਅੱਛੇ ਸਕੂਲ ਵਿੱਚ ਪਾਇਆ। ਇਸ ਕਿਸਮ ਦੀ ਸੋਝੀ ਸਾਡੇ ਪੇਂਡੂ ਪਰਿਵਾਰਾਂ ਵਿੱਚ ਬਹੁਤ ਘੱਟ ਮਿਲਦੀ ਹੈ ਕਿ ਅਸੀਂ ਅਗਲੀ ਪੀੜ੍ਹੀ ਦੀ ਤਾਲੀਮ ਦਾ ਵੀ ਧਿਆਨ ਰੱਖੀਏ। ਮੈਂ ਮਨ ਹੀ ਮਨ ਵਿੱਚ ਅਰਦਾਸ ਵੀ ਕੀਤੀ ਸੱਚੇ ਪਾਤਸ਼ਾਹ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੀ। 5 ਸਾਲ ਮੈਨੂੰ ਇਸ ਇਲਾਕੇ ਵਿੱਚ ਬਤੌਰ ਤੁਹਾਡਾ ਸੇਵਾਦਾਨ ਸੇਵਾ ਕਰਨ ਦਾ ਮੌਕਾ ਮਿਲਿਆ। ਮੰਡਲ ਮੈਂ ਆਏ ਜਿੰਨੀ ਸਵਾਸਾਂ ਦੀ ਪੂੰਜੀ ਅਕਾਲ ਪੁਰਖ ਕਿਸੇ ਜੀਵ ਨੂੰ ਦਿੰਦਾ ਹੈ ਜਦੋਂ ਪੂਰੀ ਹੋ ਜਾਂਦੀ ਹੈ ਫਿਰ ਹੀਲੇ ਦੀ ਮਹਾਨੇ ਮੌਤ ਕਿਸੇ ਨਾ ਕਿਸੇ ਬਹਾਨੇ 'ਚ ਰਹਿ ਜਾਂਦੀ। ਇਸ ਬੇਟੇ ਦੀ ਉਮਰ ਬਹੁਤ ਥੋੜ੍ਹੀ ਸੀ, ਕਲੋਤਾ ਪੁੱਤਰ ਸੀ ਸਰੂਪ ਸਿੰਘ ਸਾਡੇ ਮਿੱਤਰ ਆ ਬਹੁਤ। ਇਹ ਸਾਡੇ ਦੁੱਖ ਸੁੱਖ 'ਚ ਜਾਂ ਇਹਨਾਂ ਦੇ ਕੰਮਾਂ ਦੇ ਵਿੱਚ ਅਸੀਂ ਆਉਂਦੇ ਜਾਂਦੇ ਰਹਿੰਦੇ ਹਾਂ। ਪੁੱਤਰ ਦਾ ਵਿਛੋੜਾ ਝੱਲਣਾ ਇਹ ਠੀਕ ਆ, ਭਾਣਾ ਜਿਹੜਾ ਭਖਾਰੀ ਨੇ ਮੰਨਿਆ, ਭਖਾਰੀ ਇਹੋ ਜਿਹਾ ਕੋਈ ਸਾਧੂ ਸੰਤ ਸੀ ਜਿਹਨੂੰ ਪਤਾ ਸੀ ਮੇਰੇ ਪੁੱਤਰ ਦੀ ਮੌਤ ਹੋਣੀ ਹੈ। ਆਹ ਜਿਹੜੀ ਸੰਗਤ ਬੈਠੀ ਇਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਮੈਂ ਦੂਜਾ ਸਾਹ ਆਉਣਾ ਜਾਂ ਨਹੀਂ ਆਉਣਾ। ਪੁੱਤਰ ਦਾ ਵਿਛੋੜਾ ਬਾਰੇ ਮੈਂ ਦੱਸੂਗਾ ਵੀ ਕਿੰਨਾ ਔਖਾ ਹੈ। ਕਿਹੜੇ ਕਰੇ ਹਨ ਜੋ ਅਚਿੰਤੇ ਵਾਜਪਾਏ ਵਾਜਪਤ ਸ਼ਰਧੇ ਕਿਲਾ ਵਿਸਰੀਆਂ ਜੋ ਚੇਤਨਾ ਚੇਤਨ ਸੋ ਗੱਲ ਰੱਬ ਕੀ।
ਸਾਨੂੰ ਕਿਸੇ ਨੂੰ ਵੀ ਚਿੱਤ ਚੇਤਾ ਨਹੀਂ ਸੀ ਕਿ ਸਾਡਾ ਛੋਟਾ ਵੀਰ ਸਰਦਾਰ ਨਵਜੋਤ ਸਿੰਘ ਜੀ ਸਾਨੂੰ ਇੰਨੀ ਜਲਦੀ ਔਲਾਦ ਸੈਨਾ ਦੇ ਵਿੱਚ ਹੀ ਸਦੀਵੀ ਸ਼ੁਰੂਆਤ ਕੀਤੇ ਲੈ ਜਾਏ। ਮੈਂ ਕਹਿ ਸਕਦਾ ਇਹ ਤਾਂ ਪਰਿਵਾਰ ਇਹਨਾਂ ਦਾ ਤਾਂ ਬਹੁਤ ਵੱਡਾ, ਜਿਸਨੇ ਵੀ ਸੁਣਿਆ ਜਿਸਨੇ ਰਣਜੋਤ ਸਿੰਘ ਨਾਲ ਵਰਤਿਆ ਜਾਂ ਉਹਦੇ ਬਾਰੇ ਜਾਣਦਾ ਸੀ ਉਹਨਾਂ ਨੂੰ ਕਿਸੇ ਨੂੰ ਯਕੀਨ ਨਹੀਂ ਸੀ ਆ ਰਿਹਾ ਵੀ ਇਹ ਗੱਲ ਵੀ ਰਣਜੋਤ ਸਿੰਘ ਨਾਲ ਵਾਪਰ ਸਕਦੀ। ਮਥੁਰਾ